ਅਸਲਾਮ ਵਾਲੇਕੁਮ ਦੋਸਤੋ, ਮੈਂ ਮੁਹੰਮਦ ਹਦੀਦ ਅਤੇ ਤੁਸੀਂ ਦੇਖ ਰਹੇ ਹੋ ਟੀ ਵੀ ਵਲੌਗਸ। ਉਮੀਦ ਕਰਦਾ ਕਿ ਮੇਰੇ ਸਭ ਦੋਸਤ ਖੈਰੀਅਤ ਨਾਲ ਹੋਣਗੇ। ਅਤੇ ਅੱਜ ਦੋਸਤੋ ਆਏ ਹੋਏ ਹਾਂ ਫੈਸਲ ਮਸਜਿਦ ਥੋੜ੍ਹਾ ਫਿਰਨ ਟੁਰਨ ਵਾਸਤੇ। ਅਤੇ ਇੱਥੇ ਦੇਖਿਆ ਅਤੇ ਫੈਸਲ ਮਸਜਿਦ ਦੇ ਨਜ਼ਦੀਕ ਮਰਗਲਾ ਦੀ ਪਹਾੜੀਆਂ ਦੇ ਵਿੱਚ ਬਹੁਤ ਜ਼ਿਆਦਾ ਫੈਲੀ ਹੋਈ ਅੱਗ, ਅਤੇ ਅੱਗ ਬੁਝਾਉਣ ਵਾਸਤੇ ਰੈਸਕਿਊ ਦੇ ਹੈਲੀਕਾਪਟਰ ਆਪਣੀ ਪੂਰੀ ਕੋਸ਼ਿਸ਼ ਕਰ ਰਹੇ, ਔਰ ਕਾਫੀ ਸਾਰੇ ਹੈਲੀਕਾਪਟਰ ਨੰਬਰ ਵਾਈਜ਼ ਪਾਣੀ ਲੈ ਕੇ ਆ ਰਿਹਾ ਔਰ ਇਹਨਾਂ ਦੇ ਉੱਤੇ ਫੈਂਕ ਰਿਹਾ ਜੀ। ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹ ਹੈਲੀਕਾਪਟਰ ਆ ਰਿਹਾ ਪਾਣੀ ਦਾ ਆਪਣੇ ਨਾਲ ਸਟਾਕ ਲੈ ਕੇ ਆ ਰਿਹਾ ਵਾ, ਔਰ ਇਹ ਹੁਣ ਅੱਗ ਦੇ ਉੱਪਰ ਸਿੱਟੇਗਾ। ਸਾਰਾ ਵਿਊ ਤੁਹਾਨੂੰ ਨਜ਼ਦੀਕ ਜਾ ਕੇ ਵੀ ਚੈੱਕ ਕਰਵਾਉਣੇ, ਸਾਡੀ ਵੀਡੀਓ ਨਾਲ ਜੁੜ ਕੇ ਰਹਿਣਾ, ਵੀਡੀਓ ਐਂਡ ਤੱਕ ਵਾਚ ਕਰਨੀ। ਇਨਸ਼ਾਅੱਲਾ ਹੁਣ ਜਾਵਾਂਗੇ ਜਿੱਥੇ ਅੱਗ ਲੱਗੀ ਹੋਈ ਉਸ ਸਾਈਡ 'ਤੇ ਵੀ ਮਸਜਿਦ ਦੇ ਉੱਪਰੋਂ ਘੁੰਮ ਕੇ ਜਾਵਾਂਗੇ ਅਤੇ ਤੁਹਾਨੂੰ ਉਹ ਵੀ ਵਿਊ ਦਿਖਾਵਾਂਗੇ। ਇਹ ਦੋਸਤੋ ਫਿਲਹਾਲ ਮਸਜਿਦ ਦੀ ਸਾਈਡ ਤੋਂ ਘੁੰਮ ਕੇ ਜਾ ਰਹੇ ਹਾਂ ਉਸ ਪਹਾੜੀ ਵਾਲੀ ਸਾਈਡ 'ਤੇ ਜਿੱਥੇ ਕਿ ਅੱਗ ਲੱਗੀ ਹੋਈ ਵਾ। ਅਗਰ ਜ਼ਿਆਦਾ ਅੱਗ ਫੈਲੇ ਦੋਸਤੋ ਤਾਂ ਮਸਜਿਦ ਨੂੰ ਵੀ ਇਸ ਅੱਗ ਦਾ ਖਤਰਾ ਹੋ ਸਕਦਾ, ਔਰ ਮਸਜਿਦ ਵੀ ਇਸੀ ਲਪੇਟ ਦੇ ਵਿੱਚ ਆ ਸਕਦੀ ਵਾ। ਇਹ ਬਹੁਤ ਖੂਬਸੂਰਤ ਮਾਹੌਲ ਵਾ ਮਸਜਿਦ ਦੇ ਸਾਈਡਾਂ ਦਾ, ਔਰ ਨਾਲ ਹੀ ਅੱਗ ਦਾ ਧੂੰਆਂ ਤੁਸੀਂ ਦੇਖ ਰਹੇ ਹੋ ਕਿ ਪਹਾੜਾਂ ਦੇ ਵਿੱਚੋਂ ਕਿਸ ਤਰ੍ਹਾਂ ਧੂੰਆਂ ਸ਼ੋਲਿਆਂ ਦੀ ਸੂਰਤ 'ਚ ਅੱਗ ਨਿਕਲਦੀ ਅਤੇ ਨਾਲ ਹੀ ਧੂੰਆਂ ਵੀ ਫੈਲਿਆ ਹੋਇਆ ਜੀ। ਦੋਸਤੋ ਦੂਸਰਾ ਹੈਲੀਕਾਪਟਰ ਫਿਰ ਪਾਣੀ ਲੈ ਕੇ ਅਤੇ ਆਪਣੇ ਨਾਲ ਆ ਰਿਹਾ ਵਾ, ਇਹ ਵੀ ਹੁਣ ਪਾਣੀ ਉੱਪਰ ਫੈਂਕੇਗਾ ਸਿੱਟੇਗਾ। ਜੀ ਦੋਸਤੋ ਹੁਣ ਇਹ ਸਿੱਟੇਗਾ ਉੱਪਰ ਪਾਣੀ, ਇਸ ਦਾ ਵਿਊ ਵੀ ਤੁਸੀਂ ਦੇਖਣਾ ਬਹੁਤ ਜ਼ਬਰਦਸਤ ਵਾ। ਜੀ ਦੋਸਤੋ ਹੁਣ ਆ ਗਏ ਅਸੀਂ ਮਸਜਿਦ ਦੀ ਦੂਸਰੀ ਤਰਫ ਫਰੰਟ ਵਾਲੀ ਸਾਈਡ 'ਤੇ। ਅਤੇ ਉਮੀਦ ਕਰਦੇ ਹਾਂ ਕਿ ਸਾਡੀ ਵੀਡੀਓ ਕੈਸੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਅੱਜ ਤੱਕ ਲਈ ਇੰਨਾ ਹੀ, ਇਨਸ਼ਾਅੱਲਾ ਨੈਕਸਟ ਵੀਡੀਓ ਨਾਲ ਹਾਜ਼ਰ ਹੋਵਾਂਗੇ। ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਅੱਲਾ ਹਾਫਿਜ਼।